किसान यूनियन संयुक्त मोर्चा दियां सारियां यूनियन दे नाल लंबी चर्चा ते मीटिंग हुई है। उन्होंने 18 पॉइंट सरकार नूं लिख के भेजे सी जिन्हां ते ओह विचार करना चाहुंदे सी, उन्हां दियां मंगां सीगियां। तां मैं ਇਹ ਦੱਸਦੇ ਹੋਏ ਖੁਸ਼ੀ ਮਹਿਸੂਸ ਕਰ ਰਿਹਾ ਕਿ ਕਿਸਾਨ ਯੂਨੀਅਨਾਂ ਦੇ ਨਾਲ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਅੱਛੇ ਮਾਹੌਲ ਦੇ ਵਿੱਚ ਖੁਸ਼ੀ ਦੇ ਮਾਹੌਲ ਦੇ ਵਿੱਚ ਆਪਸੀ ਤਾਲਮੇਲ ਦੇ ਵਿੱਚ ਬਹੁਤ ਵਧੀਆ ਮੀਟਿੰਗ ਹੋਈ ਹੈ ਤੇ ਲਗਭਗ ਉਹਨਾਂ ਦੀਆਂ ਸਾਰੀਆਂ ਜੋ ਉਹਨਾਂ ਨੇ ਸਾਨੂੰ ਕਿਹਾ ਅਸੀਂ ਉਸ ਤੋਂ ਵੀ ਉੱਪਰ ਦੋ ਚਾਰ ਹੋਰ ਮੰਗਾਂ ਜਿਹੜੀਆਂ ਬਾਅਦ ਵਿੱਚ ਵੀ ਉਹਨਾਂ ਨੇ ਦੱਸੀਆਂ ਉਹ ਸਰਕਾਰ ਨੇ ਮੰਨ ਲਈਆਂ ਅਤੇ ਫੁੱਲੀ ਸੈਟਿਸਫਾਈਡ ਬਿਲਕੁਲ ਸੰਤੁਸ਼ਟ ਹੋ ਕੇ ਸਾਡੇ ਕੋਲ ਤੋਂ ਕਿਸਾਨ ਯੂਨੀਅਨਾਂ ਗਈਆਂ ਔਰ ਬੜੇ ਖੁਸ਼ੀ ਦੇ ਮਾਹੌਲ ਦੇ ਵਿੱਚ ਮੀਟਿੰਗ ਦੀ ਸਮਾਪਤੀ ਹੋਈ ਹੈ। ਮੈਂ ਕਿਸਾਨ ਯੂਨੀਅਨ ਦਾ ਧੰਨਵਾਦ ਕਰਨਾ ਚਾਹੁੰਦਾ ਕਿ ਉਹ ਪੰਜਾਬ ਦੇ ਲਈ ਪੰਜਾਬ ਦੇ ਕਿਸਾਨਾਂ ਦੇ ਲਈ ਬਹੁਤ ਬੜੀ ਲੜਾਈ ਲੜ ਰਹੀਆਂ ਔਰ ਮੈਂ ਉਹਨਾਂ ਨੂੰ ਵਿਸ਼ਵਾਸ ਦਵਾਇਆ ਕਿ ਪੰਜਾਬ ਦੀ ਸਰਕਾਰ ਹਰ ਤਰੀਕੇ ਦੇ ਨਾਲ ਕਿਸਾਨ ਯੂਨੀਅਨਾਂ ਦੇ ਨਾਲ ਖੜੀ ਹੈ ਅਤੇ ਉਹਨਾਂ ਦੇ ਮੋਰਚੇ ਦੇ ਵਿੱਚ ਜੇਕਰ ਸਾਨੂੰ ਅਸਤੀਫਾ ਦੇ ਕੇ ਵੀ ਉਹ ਕਹਿਣ ਤਾਂ ਅਸੀਂ ਉਹਨਾਂ ਦੇ ਨਾਲ ਜਾਣ ਨੂੰ ਤਿਆਰ ਹੈ ਅਤੇ ਅਸੀਂ ਉਹਨਾਂ ਦੀ ਹਰ ਤਰੀਕੇ ਦੇ ਨਾਲ ਮਦਦ ਦੇ ਵਿੱਚ ਪੰਜਾਬ ਦੀ ਸਰਕਾਰ ਖੜੀ ਹੈ। ਪਿਛਲੇ ਵਿਧਾਨ ਸਭਾ ਦੇ ਵਿੱਚ ਜੋ ਸਾਨੂੰ ਕਿਸਾਨ ਯੂਨੀਅਨਾਂ ਨੇ ਹੁਕਮ ਕੀਤਾ ਸੀ ਕਿ ਰੈਜੂਲੇਸ਼ਨ ਲਿਆਂਦਾ ਜਾਵੇ, ਐਸੀ ਹੂ ਬਹੂ ਉਹੀ ਰੈਜੂਲੇਸ਼ਨ ਲੈ ਕੇ ਆਏ ਹੈ। ਉਸ ਤੋਂ ਵੀ ਉੱਪਰ ਦੋ ਲਾਈਨਾਂ ਮੈਂ ਐਡ ਕਰਾਈਆਂ ਕਿ ਇਹ ਸਦਨ ਸਾਰੇ MLA ਸਰਬਸੰਮਤੀ ਨਾਲ ਸਰਕਾਰ ਨੂੰ ਹਦਾਇਤ ਕਰਦੇ ਹੈ ਕਿ ਪੰਜਾਬ ਦੇ ਵਿੱਚ ਕਾਲੇ ਕਾਨੂੰਨ ਲਾਗੂ ਨਾ ਕੀਤੇ ਜਾਣ। ਉਹਦੇ ਨਾਲ ਪੰਜਾਬ ਸਰਕਾਰ ਹੁਣ ਇਹ ਕਾਨੂੰਨਾਂ ਨੂੰ ਲਾਗੂ ਨਹੀਂ ਕਰ ਸਕਦੀ ਅਤੇ ਪੰਜਾਬ ਦੇ ਵਿੱਚੋਂ ਇਹ ਕਾਨੂੰਨ ਹੈ ਜਿਹੜੇ ਰੱਦ ਹੈ। ਇਸ ਤੋਂ ਬਿਨਾਂ 2013 ਦੇ ਵਿੱਚ ਜੋ ਅਕਾਲੀ ਸਰਕਾਰ ਨੇ ਇਹਨਾਂ ਕਾਨੂੰਨਾਂ ਕਾਲੇ ਕਾਨੂੰਨਾਂ ਦੇ ਨਾਲ ਮਿਲਦਾ ਜੁਲਦਾ ਹੀ ਕਾਨੂੰਨ ਪਾਸ ਕੀਤਾ ਸੀ ਜਿਸ ਦੀ ਬੁਨਿਆਦ ਇਹਨਾਂ ਜਿਹੜੇ ਹੁਣ ਕਾਲੇ ਕਾਨੂੰਨ ਆਏ ਉਹਨਾਂ ਦੀ ਬੁਨਿਆਦ ਉਹ 13 ਦਾ ਕਾਨੂੰਨ ਬਣਿਆ। ਐਸੀ ਅਕਾਲੀਆਂ ਦਾ ਬਣਾਇਆ ਹੋਇਆ ਕਾਨੂੰਨ ਵੀ ਰੱਦ ਕਰ ਦਿੱਤਾ ਜਿਹੜਾ ਕਿ ਕਿਸਾਨਾਂ ਦੇ ਖਿਲਾਫ ਸੀ 2013 'ਚ ਉਹਨਾਂ ਨੇ ਬਣਾਇਆ ਸੀ ਜਿਹਦੇ ਵਿੱਚ ਕੰਟਰੈਕਟ ਫਾਰਮਿੰਗ ਉਹਨਾਂ ਨੇ ਕਰਨ ਦਾ ਐਲਾਨ ਕੀਤਾ ਸੀ, ਕਾਨੂੰਨ ਬਣਾਇਆ ਸੀ। ਸੋ ਅੱਜ ਜੋ ਮੰਗਾਂ ਉਹਨਾਂ ਨੇ 18 ਰੱਖੀਆਂ ਸੀ ਉਹਨਾਂ 'ਚ ਪਹਿਲੀ ਕਰਜ਼ੇ ਬਾਰੇ ਡਿਮਾਂਡ ਸੀ। ਇੱਕ ਉਹ ਡਿਮਾਂਡ ਦਾ ਅਸੀਂ ਕਿਹਾ ਕਿ ਅਸੀਂ ਇਹਦੇ 'ਚ ਸਰਕਾਰ ਪੂਰੀ ਆਪਸੀ ਘੋਖ ਕਰਕੇ ਫਿਰ ਦੁਬਾਰੇ ਉਹਨਾਂ ਦੇ ਨਾਲ ਬੈਠੇਗੀ। ਬਾਕੀ ਦੀਆਂ 17 ਦੀਆਂ 17 ਮੰਗਾਂ ਅਸੀਂ ਉਹਨਾਂ ਦੀਆਂ ਅੱਜ ਇੱਥੇ ਹੀ ਐਲਾਨ ਕਰਕੇ ਮੰਨ ਲਈਆਂ। ਉਸ ਤੋਂ ਉੱਪਰ ਵੀ ਕੁਛ ਗੱਲਾਂ ਫਿਰ ਉਹਨਾਂ ਨੇ ਮੌਕੇ 'ਤੇ ਸਾਨੂੰ ਕਹੀਆਂ, ਐਸੀ ਉਹ ਵੀ ਸਰਕਾਰ ਨੇ ਮੰਨ ਲਈਆਂ। ਇਹਨਾਂ ਦੇ ਵਿੱਚ ਗੁਲਾਬੀ ਸੁੰਡੀ ਜਿਹੜੀ ਬਠਿੰਡਾ ਏਰੀਏ 'ਚ ਪਈ ਹੈ, ਹਾਲਾਂਕਿ ਮੈਨੂੰ ਸਵੇਰੇ ਉਗਰਾਹਾਂ ਗਰੁੱਪ ਵਾਲੇ ਵੀ ਮਿਲੇ ਸੀ, ਉਹਨਾਂ ਦੀ ਡਿਮਾਂਡ ਸੀ, ਉਹਨਾਂ ਨੇ ਉੱਥੇ ਸੰਘਰਸ਼ ਵੀ ਕਰ ਰਹੇ ਆ ਉੱਧਰ ਕਿ ਕਿਸਾਨਾਂ ਨੂੰ ਮੁਆਵਜ਼ਾ ਵੱਧ ਦਿੱਤਾ ਜਾਵੇ। ਅੱਜ ਵੀ ਕਿਸਾਨਾਂ ਨੇ ਇਸ ਗੱਲ ਦਾ ਮੁੱਦਾ ਉਠਾਇਆ, ਪਰ ਮੈਂ ਆਪਣੇ ਵੱਲੋਂ ਹੀ ਵੱਧ ਜਿਹੜਾ ਮੁਆਵਜ਼ਾ ਦੇਣਾ ਅਸੀਂ ਸਰਕਾਰ ਚਾਹੁੰਦੀ ਹੈ। ਸੋ ਜਿਹੜਾ 12,000 ਦਾ ਪਹਿਲਾਂ ਮੁਆਵਜ਼ਾ ਗਿਆ ਹੈ ਕਿਸਾਨਾਂ ਨੂੰ, ਹੁਣ ਅਸੀਂ ਕੁੱਲ 17,000 ਰੁਪਈਆ ਜਿਨ੍ਹਾਂ ਦਾ 75% ਤੋਂ ਵੱਧ ਨੁਕਸਾਨ ਹੋ ਗਿਆ ਜਿਹਨੂੰ 100% ਮੰਨਿਆ ਜਾਂਦਾ, ਉਹਨਾਂ ਨੂੰ 17,000 ਰੁਪਈਆ 12,000 ਦੀ ਬਜਾਏ 17,000 ਰੁਪਈਆ ਕੁੱਲ ਹੈ ਜਿਹੜਾ ਉਹ ਮੁਆਵਜ਼ਾ ਦੇਵਾਂਗੇ। ਅਤੇ ਨਾਲ ਨਾਲ ਜਿਹੜਾ ਮਜ਼ਦੂਰ ਨਰਮੇ ਨੂੰ ਚੁਗਦਾ, ਜਿਹਨੂੰ ਚੋਗਾ ਕਹਿੰਦੇ ਆ, ਉਹਨੂੰ 10% ਮੁਆਵਜ਼ਾ ਇਸ ਤੋਂ ਉੱਪਰ ਦਿੱਤਾ ਜਾਏਗਾ।
उन्हां नूं भी 10% मुआवजा जिहड़ा सरकार देगी, जिहड़ा कि असीं डीसीआं दे दफ्तरां दे विच पैसे भेज दिते है। इस तों इलावा जिन्ने भी किसानी संघर्ष दे विच किसान शहीद होए है, असीं किसान यूनियन नूं कहा है कि तुसीं सर्टिफाई करके सानूं लिस्ट दे दो, जिहड़ी लिस्ट उह देणगे असीं उन्हां सारे किसान या मजदूर जिहड़े किसान यूनियन दे संघर्ष दे विच शहीद होए है उन्हां नूं नौकरी ते जो निर्धारित मुआवजा उन्हां सारिआं नूं दित्ता जाएगा। गन्ने दा 360 रुपये रेट किया गया है, उहदे विच पहला 310 सी, 50 रुपये जिहड़ा वधिया है उहदे चों 35 रुपये सरकार पाएगी, 15 रुपये गन्ना मिल पाउणगे, तो ये भी असी उन्हां दी मन जिहड़ी है मन लई है, तो उन्होंने काउंटर पेमेंट करने नूं कहा है। किसानां दी जिहड़ी फसल इस साल आई है, इस गल नूं सारियां यूनियनां ने मन्निया, किसानां ने मन्निया है कि इस बार अगे नालों बहुत वधिया फसल किसानां दी वधिया तरीके नाल चक्की गई है, सही टाइम ते पेमेंटां होई है, कोई बिगड़ नहीं पिया, कोई हड़तालां या संघर्ष करन दी लोड़ नहीं पई। इस बार सरकार ने पिछले 20 सालां दे विच सब तो वधिया तरीके दे नाल फसल चक्की है, फिर भी जिहड़ी हुण फसल अजे कोई रहिंदी है वो असी अगले 3 या 4 दिन चक देवांगे। एक एपी स्कीम दे तहत 500 किसानां ने मीटर लए है सब्जी लाउण वालिआं ने या कोई होर, उहदे विच 37,000 रुपया बिल आउंदा है। किसानां दी मंग सी कि ये 500 मीटर भी फ्री कर दिते जाण, किसानी दे काम आउंदे है, फसल बीजदे है, इस करके असी ये 500 मीटर भी जिहड़े उहनां दे फ्री कर दांगे, उहनां नूं जिहड़ी है वह फ्री बिजली किसानां नूं पाणी लाउण लई मिलिआ करेगी। इस तों इलावा भर्ती दी उन्होंने गल कीती सी, तुसीं मेरा बयान पहला भी 2-4 दिन पहला देखिआ कि असी पंजाब दे विच चाहुंदे हैं कि पंजाब दे ही नौजवान भर्ती होण, उहदे वास्ते असी हफ्ते दे विच नवां कानून लैके आ रहे हैं जिहदे नाल पंजाब दे विच पंजाब दे ही नौजवान भर्ती होणगे। सो ये अज मैं तुहानूं दसणा सी। एक होर वड्डी गल जिहड़ी किसानां ने सातों मंग कीती सी कि पिछले जिन्नी देर तो संघर्ष चल रहा है, बहुत सारे परचे पंजाब सरकार वल्लों किसानां ते कीते गए है, ऐसी जिहड़ा भी परचा किसान अंदोलन दे नाल संबंधित है वह सारे परचे रद्द कर रहे हैं, इस सरकार वल्लों अज फैसला ले लिया गया है। इस दे नाल नाल अग्गे तो असीं चाहुंदे हां कि पराली नूं कोई किसान अग ना लावे, तो इस गल दी सख्ती भी सरकार करेगी, लेकिन अज तक पुराने जे कोई पराली दे नाल संबंधित किसी ते परचा है अग लाउण लई उह असीं कैंसल कर रहे हैं। लेकिन अग्गे नूं मेरी किसानां नूं बेनती है कि कोई भी किसान पराली नूं अग ना लावे, इहदे नाल प्रदूषण फैलदा, ये सरकार नूं ये लाजमी करना पैना कि कोई भी किसान अग ना लगावे, लेकिन अग पुराने जिहड़े है वह गन्ना खत्म कीतिया जा रही हैं, सारे परचे खत्म किए जाणगे। सो मैं थोड़ा धन्नवादी हाँ, मैं किसान यूनियनों का बहुत धन्नवादी हाँ कि उन्होंने ये गल जताई है कि अज तक किसी भी सरकार दे नाल किसानां दी इन्नी वधिया मीटिंग नहीं हुई जिनी अज हुई है। अज तक किसी भी सरकार ने किसानां दीआं इस तरीके दे नाल सारियां मंगां नहीं मन्नियां जिहड़ियां कि अज मन्नियां गईआं, और उन्होंने मैनूं कहा है कि अज सानूं लग्गिया है कि कोई ऐसा मुख्यमंत्री बनिया जिहड़ा किसानी दे हक विच काम करदा है, जिन्हें खेतां बारे हर चीज़ की नॉलेज है, जिन्हें खेतों च काम किया होया, जिहदे नाल मैनूं बड़ी उत्साह मिलिया। मैं फिर एक बार किसान यूनियन का बहुत बहुत धन्नवाद करदा, तो अपनी सरकार
जिहड़ी कि असल दे विच पंजाब दे लोकां दी सरकार है, आम लोकां दी सरकार है, उस वल्लों ये वचनबद्धता दोहराउंदा है कि पंजाब सरकार किसानी मुद्दियां ते किसान जिहड़ा अंदोलन चल रहा उहदे इहनां दे नाल खड़ी है। थोड़ा सारिया का बहुत बहुत धन्यवाद। वो बारे भी मैं उन्होंने कहा कि असी विचार करांगे, हालांकि यह लिखती डिमांड नहीं सी उन्होंने। वो बारे दोबारे टाइम लेके जो कोई होर भी मंगा उन्होंने होनगियां, अज असी लगभग सारिया मान लिया, हाँ वो अगे लवांगे। ऐसी एक एक मंडी खुली रखी भी है, जिहड़ियां बड़ियां मंडियां खुलियां है। इस तो अलावा भी ऐसी किसानां नूं भी कहा है जे किसी की फसल खड़ी है वह फोटो पा दे, उहदी किसान की फसल चक्की जाएगी। साडा सिर्फ इन्नी कु मनसा है कि सूबे तो बाहर तो फसल ना आवे, लेकिन पंजाब दे किसान दा एक भी दाणा घर नहीं रहेगा। असीं सारा चक्कण लई तैयार है ते चक्कांगे। पंजाह बंदियां दा कल नूं सानूं कहा गया है, उस तो अगले दिन भी असीं पंजाह लेके जावांगे। कल नूं मंत्री साहिबान ते कुछ MLA साहिबान, कुछ अफसर कल नूं जाणगे। पत्रकार साहिबान नूं भी असीं परसों नूं बेनती करांगे कि वह भी साढ़े नाल परसों नूं जा सकते हैं। तो वारी वारी क्योंकि सीटा सानू जिन्नियां मिलियां उहदे विच रह के असीं सारे नाल लेके जा रहे। मैं मुख्यमंत्री बनण तो बाद प्राइम मिनिस्टर साहब नू जिद्दण मिल गया, सब तो पहली मंग मेरी कोरीडोर नू लैके सी। जदों होम मिनिस्टर नू मिलिया सब तो पहली मंग मेरी कोरीडोर नू लैके सी। उन्होंने मैनू उसे दिन विश्वास दवाता सी कि असीं इस नू खोल देवांगे, तो कल नू खुल रहा। मुबारक दिन है, मैं प्रधानमंत्री जी का ते होम मिनिस्टर साहब का इस बारे धन्यवाद करदा।